हैलो सत श्रीकाल जी सारे नूं, मैं थोड़ा अपना जतेंद्र पिंड वाले जट चलने स्वागत करते हैं जी। आस करते हैं तुसीं सारे वधिया होवोगे, ठीक होवोगे, चढ़दी कला विच होवोगे, वधिया गल है, होने भी चाहिए। करते हैं आपां अज दे ब्लॉग की शुरुआत जी। उस तो पहले फट साडे चैनल ते नवें चैनल सबसक्राइब कर लियो ते बैल आइकन प्रेस कर लियो तां कि साडी वीडियो आउणी सब तो पहले ही। तो जे तुहानूं साडी वीडियो वधिया लगती है लाइक शेयर कमेंट करके जरूर दस्सिया करो ते वीडियो नूं तां जरूर देखिया करो जी। तो करते हैं आपां अज दे ब्लॉग की शुरुआत, आ जाओ फिर बने रहो वीडियो नूं एंड तक। ਲੈ ਜੀ ਕਹਿੰਦੇ ਵੀ ਅੱਜ ਹੈਗੇ ਕਹਿੰਦੇ ਵੀ ਕਪੂਰੀ ਵਾਲੇ ਮਾਤਾ ਦਾ ਮੱਥਾ ਟੇਕਣਾ ਆਪਣਾ ਮੇਲਾ, ਕਹਿੰਦੇ ਇਹਨੂੰ ਮੇਲਾ, ਠੀਕ ਹੈ। ਮਾਤਾ ਨੇ ਕਹਿੰਦੇ ਗੁਲਗੁਲੇ ਬਣਾ ਲਏ, ਕਚੋਰੀਆਂ ਬਣਾਈਆਂ ਨੇ, ਕਹਿੰਦੇ ਮੈਂ ਨਾ ਪਕੌੜੇ ਖਾਣੇ ਆ ਭਾਈ, ਪਾਲਕ ਵਾਲੀ ਰੋਟੀ ਬਣਾ ਲਈ ਆ ਵਿਚਾਰੀ ਮਾਤਾ। ਮੱਥੇ ਕੱਢਦੇ ਛੱਡ ਮਾਂ, ਲੈ ਕਹਿੰਦੇ ਵੀ ਗੁਲਗੁਲੇ ਅਤੇ ਨਾਲ ਕਹਿੰਦੇ ਅੱਜ ਮੇਰਾ ਜੀ ਕਰ ਰਿਹਾ ਪਕੌੜੇ ਖਾਣ ਨੂੰ, ਪਾਲਕ ਵਾਲੇ ਪਕੌੜੇ। ਮੰਮਾ ਜੀ ਖਾਓ, ਕੜਾਹੀ ਚੜਾਓ, ਬਣਾਓ ਅਤੇ ਖਾਓ, ਘਰ ਦੀ ਚੀਜ਼ ਆ। कितना कद्दू तैयार हो गए, ड्यूटी जाना जो लेट हो गया, थोड़ा टाइम लेट हो, कोई गल नहीं, हो जाता बंदा इन्ना का जरूरी है, इन्ना लेट होना भी चाहिए। हाँ पाँच दस मिनट च रोटी पानी खा के सिर दाग जो पै जाने, मत्था पे तो टेका मैं मम्मी है मी, फिर मेरे कोई चक्कर तो नहीं, मैं रोटी खाई चला, कोई नहीं जाट जी फसे जा कुछ ना कुछ। चल कोई दही लाइव कहते भी मीह पै रहा, ठीक है, तो ये पता नहीं किड़े मौसम का मीह पै रहा, मार्च मार्च रात का पै रहा, तीन बजे का मी, तीन बजे पै रहा मम्मी, खेत गेड़ा मार के आना जी, मन लगता जान नहीं देना रब ने। मैं सोचता चलो खेत गेड़ा मार के देखे ही है। दो तीन दिन का मीह दसा होया, पूरा बदल फुल घोलिया खड़िया,
ਡੈਡੀ ਚਲੇ ਗਏ ਰੋਟੀ ਖਾ ਕੇ। ਸਬਜ਼ੀ ਬਣ ਰਹੀ ਹੈ ਇਹਨੂੰ ਗੋਭੀ ਐਂਡ ਮਿਕਸ ਵਿੱਚ, ਪਹਿਲਾਂ ਅਸੀਂ ਖਾਇਆ ਨਹੀਂ ਕਰਦੇ ਸੀ ਐਵੇਂ, ਠੀਕ ਆ ਵੀ ਗੋਭੀ ਆਲੂ ਮਟਰ ਪਾ ਕੇ, ਪਹਿਲਾਂ ਚੱਲੀ ਗੋਭੀ ਗੋਭੀ ਔਰ ਆਲੂ ਹੁੰਦੇ ਸੀ, ਹੁਣ ਕਹਿੰਦੇ ਵਿੱਚ ਮਟਰ ਪਾਉਣ ਲੱਗ ਗਈ। ਚਲੋ ਵਧੀਆ ਗੱਲ ਹੈ, ਦੇਖਾਂ ਫਿਰ ਮੈਂ ਤੁਰ ਕੇ ਜਾਇਆ ਵਾਂ। ਏ ਸਾਡੇ ਹੱਥੋਂ 10 ਮਿੰਟ ਪਏ ਹੈ। ਲੈ ਵੀ ਕਹਿੰਦੇ ਵੀ ਖੇਤਾਂ 'ਚ ਆ ਗਏ, ਮੀਂਹ ਪੈ ਰਿਹਾ, ਠੀਕ ਹੈ ਪਾਣੀ ਥੋੜ੍ਹੀ ਜਿਹੀ ਰਹਿ ਰਹੀ ਕਮੀ, ਮੈਂ ਚੱਲ ਡੱਕੇ ਵੱਟਣੇ ਪੈਣੇ ਆ ਬਾਅਦ 'ਚ ਵੱਢ ਕੇ, ਫਿਰੋਂ ਵੀ ਐਵੇਂ ਹੁਣ ਪੱਟੇ ਜਾਣਗੇ। ਆਪਾਂ ਬਸ ਛਾਤਰੀ ਲੈ ਕੇ ਆਏ ਵੀਰੇ, ਛਾਤਰੀ ਲੈ ਕੇ ਆਏ, ਮੀਂਹ ਪੈ ਰਿਹਾ, ਠੀਕ ਹੈ ਆਪਾਂ ਮਰ ਰਹੇ ਜਿਹੜਾ ਕੀਤਾ ਵਾ ਬੀਜੀ ਆ ਨਾ ਲੇਟ ਹੋ ਗਏ, ਹੌਲੀ ਹੌਲੀ ਮੋਟਰ ਆਉਂਦੀ ਛਾਤਰੀ ਲੈ ਕੇ। ਬਣੇ ਕੰਮ ਅਲੱਗ ਹੀ ਹੋ ਗਈ, ਗਿੱਲੀ ਧਰਤੀ ਗਿੱਲੀ ਹੋ ਚੁੱਕੀ ਹੈ। ਬਸ ਮੈਂ ਸੋਚਦਾ ਸੀ ਮੈਂ ਚੱਲ ਪਾਣੀ ਦੇ ਦੀ ਥੋੜ੍ਹਾ ਮੋਟਾ ਵੀ ਐਂ ਗਿੱਲੀ ਗਿੱਲੀ ਇਹਦੇ ਵਿੱਚ ਧਰਤੀ ਗਿੱਲੀ ਹੋ ਗਈ ਡੱਕੇ ਪੜ ਜਾਣਗੇ ਹੱਥਾਂ ਨਾਲ, ਅਤੇ ਪੱਟ ਕੇ ਆਪਾਂ ਉਹਨੂੰ ਘਰ ਲੈ ਜਾਵੇ। ਦੋ ਚਾਰ ਦਿਨ ਤੱਕ ਵੱਢਦਾ ਨਹੀਂ ਆਪਾਂ ਨੇ ਵੱਢੇ, ਫਿਰ ਇਹਨੂੰ ਪੱਲੜ ਦੇ ਵਿਛਾ ਕੇ ਨਾ ਕਾਰਾਂ ਵਧੀਆ ਪਈਆਂ, ਕਹਿੰਦੇ ਵੀ ਮਾਹੌਲ ਇੱਕ ਨੰਬਰ ਚ ਹੋਇਆ ਪਿਆ, ਇਹ ਕਣਕਾਂ ਵਿਛਾ ਦੀਆਂ ਰੱਬ ਨੇ, ਉਹ ਸਰੋਂ ਵਿਛਾ ਦੀ ਇੱਧਰ ਵਿਚਾਰੀ ਪਰ ਵੱਡੀ ਹੋਈ ਆ ਉਹ, ਠੀਕ ਹੈ। ਲਓ ਜੀ ਫਿਰ ਆਹ ਤਾਂ ਸੀਗਾ ਆਪਣਾ ਅੱਜ ਦਾ ਵਲੋਗ, ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨਾਲ ਤਾਂ ਜ਼ਰੂਰ ਦੇਖਿਆ ਕਰੋ ਜੀ, ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਆਏ ਹੋ ਹੁਣੇ ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਸਾਡੇ ਤੋਂ ਪਹਿਲਾਂ ਹੀ, ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨਾਲ ਜ਼ਰੂਰ ਦੇਖਿਆ ਕਰੋ ਜੀ। ਚੰਗਾ ਜੀ ਫਿਰ, ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਨਾਲ ਜੀ, ਹੱਸਦੇ ਵੱਸਦੇ ਰਹੋ, ਰੱਬ ਤਰੱਕੀਆਂ ਦੇਵੇ ਤੁਹਾਨੂੰ। ਚੰਗਾ ਜੀ ਫਿਰ, ਸਤਿ ਸ਼੍ਰੀ ਅਕਾਲ ਜੀ।